हां भाई जवानों तो की हालचाल है तुम्हारा खैरियत करता हूं आप सब उम्मीद से होंगे ओहो अपने अखरोटा नु खुरकना बंद करो ते हैंड फ्री दे कड्डो वाट क्योंके मैं आज वाम दे भी कड देने है ते गेम प्ले दे भी कड देने है इससे पहले के मैं अपना नेकीनामा शुरू करूं वीडियो को लाइक कर दे और चैनल को करें सब्सक्राइब क्योंकि आधे बंदे वीडियो देख के ओ जी नस जाते है सब्सक्राइब भी कर दे ना लाइक कर दे यार भाई समझ के बोल रहा हूं यार बुरा लगता है भाई आप लोग भी जानते हो यार बात करेंगे आज हम एक शापर अह शापर नहीं गंदा पैम्पर क्योंकि शापर تے پھر استعمال چا جندا گندا پیپر کسی کام دا نہیں ہوندا اس گندے پیپر کا نام ہے ایرریز او پی ابے मजा آئے گا نا پھپھو دی ڈولی چوں بااس کٹ کے گڈے لٹن والا سپاٹر لونڑا اج کل کر رہا ہے بندیاں نو ایکسپوز ہم کو سکھا دیا ہے اچھا تے میں وی سوچیا کیوں نہ میں وی ادی لِلّا سر تے تیل لا کے تھپے منجی ڈا کے نہا کے تے ٹینڈ کرا کے آئے ہائے 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 آہا بہت چنگا نام ہے ਉਹ ਮੈਂ ਤੇ ਪਬਜੀ ਆਈਡੀ ਦੀ ਗੱਲ ਕਰ ਰਿਹਾ ਕਿਉਂਕਿ ਮੈਨੂੰ ਚਾਹੀਦੀ ਇੱਕ ਸੋਹਣੀ ਜੀ ਆਈਡੀ ਜੰਜ ਦੀ ਇਹਦੀ ਚਿੱਟੀ ਦੁੱਧ ਆਏ ਹਾਏ ਹਾਏ ਨਹੀਂ ਜੁੜ ਰਿਹਾ ਮੈਨੂੰ ਪਤਾ ਤੁਸੀਂ ਸਾਰੇ ਲੋਕ ਸਮਝ ਹੀ ਗਏ ਹੋਗੇ ਕਿਉਂਕਿ ਮੈਂ ਹਰਾਮੀ ਹਾਂ ਬੇਟਾ ਚਲੋ ਟੀਟੋ ਪਟੀਆਂ ਤੇ ਨਾਲ-ਨਾਲ ਚਲਦੀਆਂ ਹੀ ਰਹਿਣ ਗਿਆ ਹੁਣ ਕਰ ਲਿਆ ਗੇਮਪਲੇ ਦੀ ਗੱਲ ਐਵੇਂ ਕਸਟਮ ਰੂਮ ਲਾਈਵ ਉਹ ਵੀ ਵਾਇਰਸ ਗੇਮਿੰਗ ਭਾਈ ਦਾ ਤੇ ਆਪਾਂ ਖੇਡ ਰਹੇ ਹਾਂ ਚੀਫ 102 ਆਪਣੇ ਭਰਾ ਦੇ ਨਾਲ ਸਭ ਤੋਂ ਪਹਿਲੇ ਤੇ ਵੇਖੋ ਨਾ ਮੇਰੇ ਨਾਲ ਜਿਹੜੀ ਇਹ ਕੀ ਕੀਤੀ ਚੀਫ ਨੇ ਉਸ ਤੋਂ ਬਾਅਦ ਕਰਨੇ ਆ ਅਗਲੀ ਗੱਲ ਵੈਸੇ ਆ ਮੈਂ ਤੇ ਆਰਮ ਬਾਬਾ ਜੀ ਅੱਲਾ ਫੱਕ ਅੱਲਾਗਵਾਏ ਤੇ ਆਰਮ ਬਾਬਾ ਗਿਆ ਵੀਰ ਤੇ ਚੀਫਾ ਜੀ ਤੁਸੀਂ ਉਹਨਾਂ ਦੇ ਮੂੰਹ 'ਤੇ ਬ੍ਰੇਕ ਲਾਈ ਆ ਪਹਿਲੇ ਇਹਲਾ ਕਲਿੱਪ ਇੱਕ ਹੋਰ ਕਸਟਮ ਰੂਮ ਦਾ ਸੀ ਇਹ ਜਿਹੜਾ ਹੁਣ ਥੱਲੇ ਗੇਮਪਲੇ ਚ ਆ ਰਿਹਾ ਨਾ ਇਹ ਚੈੱਕ ਕਰਿਓ ਇੱਥੇ ਆਪਾਂ ਲਾਸ਼ਾਂ ਵਿਛਾ ਦਿੱਤੀਆਂ ਲਾਸ਼ਾਂ ਤੋਂ ਯਾਦ ਆ ਜਿਹੜੇ ਬੰਦੇ ਆਪਣੇ ਵਿਆਹ ਤੋਂ ਪਹਿਲੇ ਆਪਣੀ ਜਾਨੂ ਮਾਨੂ ਬਾਬੂ ਸ਼ੋਨਾ ਨੂੰ ਕਹਿ ਰਹੇ ਹੁੰਦੇ ਨੇ ਨਾ ਜਾਨੂ ਤੂੰ ਨਾ ਮਿਲੀ ਤੇ ਮੈਂ ਤੇਰੇ ਮਗਰ ਲਾਸ਼ਾਂ ਵਿਛਾ ਦੇਗਾ ਉਹ ਵਿਆਹ ਤੋਂ ਬਾਅਦ ਬਿਸਤਰੇ ਵਿਛਾ ਰਹੇ ਹੁੰਦੇ ਨੇ ਕਿਉਂ ਜੀ ਚਸ ਆ ਗਈ ਕਿਨੇ ਏ ਪਬਜੀ ਵਾਲਿਆਂ ਦੀ ਭੈਣ ਨਸ ਜੇ ਕਿਸੇ ਚੰਗੜ ਦੇ ਨਾਲ ਪੈਸੇ ਦੜਾ ਦੜ ਕਮਾਈ ਜਾਂਦੇ ਨੇ ਗਲਿਚ ਪਬਜੀ ਜੋ ਖਤਮ ਨਹੀਂ ਕਰਦੇ ਹੁਣ ਜਨਾਬ ਇੱਥੇ ਗਨ ਗਲਿਚ ਹੋ ਗਈ ਹੈ 36 ਘੰਟੇ ਤੇ ਕੰਨਾਂ ਚ ਵੱਜਦੇ ਫਿਰੇ ਮੈਂ ਤਾਂ ਸੋਚਿਆ ਕਿਸ ਨੂੰ ਕੁਸ ਨੂੰ ਨਹੀਂ ਹੋ ਜਾਈਏ ਫਿਰ ਮੈਂ ਸੋਚਿਆ ਕਿ ਯਾਰ ਨਹੀਂ ਗੇਮ ਪਲੇ ਬਣਾਣਾ ਹੈ ਕੰਟੈਂਟ ਵੀ ਤੋਂ ਚਾਹੀਏ ਨਾ ਆਖਰਕਾਰ 3 ਘੰਟੇ 36 ਮਿੰਟ ਪੈਦਲ ਨਸ ਨਸ ਕੰਨਾਂ ਚ ਵੱਜ ਵੱਜ ਕੇ ਗੰਨਾ ਤਾਂ ਲੂਟ ਸ਼ੋ ਹੋ ਹੀ ਗਈ ਤੇ ਮੈਂ ਕਿਹਾ ਸ਼ੁਕਰ ਹੈ ਯਾਹਲਾ ਯਕੀਨ ਕਰੋ ਸੋਦਾ ਲੋੜ ਗਲਤ ਨੰਬਰ ਤੇ ਚਲ ਜੇ ਉਹਨਾਂ ਦੋਖ ਉਸ ਚੀਜ਼ ਦਾ ਨਹੀਂ ਹੁੰਦਾ ਜਿੰਨਾ ਕਨੇ ਹੱਤਾ ਮਰਨ ਦਾ ਦੋਖ ਹੁੰਦਾ ਇਹ ਕੁੜੀ ਨੇ ਜਾਂ ਜਾਂ ਛੋੜ ਜਾਂਦੀ ਜੀ ਫੁੱਤੀ ਜੀ ਲੋਲ ਲੇ ਨਹੀਂ ਜੀ ਜਿੰਨੀ ਦੇਰ ਚ ਮੈਂ ਗੰਨਾ ਗੁਨਾ ਚੁੱਕ ਕੇ ਸਿੱਧਾ ਪਤਰਾ ਹੋਇਆ ਉਹਨੀ ਦੇਰ ਚ ਕਰ ਸਾਰੀ ਆਵਾਮ ਨੰਬਰ 2 ਨੰਬਰ 3 ਤੇ ਨੰਬਰ 4 ਆਪਣਾ ਪਿਛਵਾੜਾ ਐਨਮੀਜ਼ ਕੋ ਦਿਖਾ ਰਹੇ تھے ਜਬਕਿ ਐਨਮੀਜ਼ ਕਹਿ ਰਹੇ تھے ਇਹ ਤਾਂ ਵੈਰੀ ਨਾਈਸ ਬੁੰਡ ਹੈ یہ تو میری پسند کی بند ہے۔ ٹیم میٹو قسم والی گل ہے اپنی سلہ ہو گئی ہے۔ کہاں کے پٹوں گا چیر دوں گا، مار دوں گا سالے۔ ٹیم میٹاں دی تھوڑی جی وجان تو بعد اپا فوکس کریے گیم تے ایک بندے نوں نوک فینش پان توں بعد میں سیدھا دوڑ لاتی جُتی ہچ کر کے تاکہ میں اپنے گببو گوشے اپنے ٹیم میٹاں نوں بچالا سمجھ رہے ہو؟ مکھن مکھن لانا پیندا مینوں کینے بعد چ نال کھڑا ہونا جے۔ یہ بڑھیا تھا گرو۔ ریوائیو کرن توں بعد مینوں لگا کہ اتروں کو منہ چوکے پجا رہے بہ کے کیوں نہ گوہ دا بھریا لٹر تے منہ تے مار کے نوں زمین تے ٹالاں۔ کیسا ٹٹھا پھر؟ ਮਜ਼ਾ ਆਇਆ। ਇਵੜਾ ਖਾਲੀ ਕਰਕੇ ਆਪਣਾ ਲੂਟ ਵਾਲਾ ਬੋਰਾ ਨੱਕੋ ਨੱਕ ਭਰਨ ਤੋਂ ਬਾਅਦ ਅਸੀਂ ਚੱਲ ਗਏ ਬੰਦਿਆਂ ਨੂੰ ਲੱਭਣ। ਜਿੰਨੀ ਦੇਰ ਬੰਦੇ ਲੱਭਦੇ ਉਹਨੀ ਦੇਰ ਆਪਾਂ ਉਸੇ ਗੰਦੇ ਪੈਂਪਰ ਐਰਰ ਓਪੀ ਦੀ ਜ਼ਰਾ ਵਜਾਂਦੇ ਆ ਫੜ ਕੇ। ਇਹੋ ਜੇ ਬੰਦਾ ਬੱਸ 'ਚ ਪੈਂਦਾ ਕੰਡੈਕਟਰ ਆ ਕੇ ਕਹਿੰਦਾ ਬੇਟਾ ਕਿਰਾਇਆ ਦੇ ਕਹਿੰਦਾ ਪਿੱਛੋ ਲੈ ਲੋ। ਕੰਡੈਕਟਰ ਕਹਿੰਦਾ ਪੁੱਤਰ ਮੈਂ ਕਿਰਾਇਆ ਹੀ ਲੈਣਾ ਹੈ। ਯਹੀ ਨਹੀਂ। ਅਭੀ ਹੋਰ ਸੁਣੀਏ। ਇਹੋ ਜੇ ਬੰਦੇ ਸਵੇਰ ਸਵੇਰ 3 ਪੀਸ ਬਾਕੇ 25 ਲਾ ਕੇ ਬੱਸ 'ਚ ਵੜ ਜਾਂਦੇ ਨੇ ਮੈਂ ਮੰਗਨੇ ਵਾਲਾ ਨਹੀਂ ਹੂੰ। ਬਸ ਕਿਆ ਕਰੂੰ ਗਰਲਫ੍ਰੈਂਡ ਕੋ ਇਜ਼ੀ ਲੋਡ ਕਰਾਨਾ ਹੈ ਉਸਕ ਇਹੋ ਜਿਹੇ ਬੰਦੇ ਆਪਣੇ ਵਿਆਹ ਤੇ ਆਪ ਹੀ ਰੋ ਰਹੇ ਹੁੰਦੇ ਨੇ ਯਾਰ ਅੱਜ ਵੀ ਪੈਪਸੀ ਨਹੀਂ ਪੀਣੀ ਤੇ ਕਦੋਂ ਪੀਣੀ ਐ ਇਹੋ ਜਿਹੇ ਖੁਸਰੇ ਨੂੰ ਸਾਰਾ ਦਿਨ ਕੋਈ ਬੰਦਾ ਨਾ ਟੱਕਰੇ ਸ਼ਾਮ ਨੂੰ ਡਾਕਟਰ ਕੋਲ ਟੀਕਾ ਲਵਾ ਲੈਂਦੇ ਨੇ ਯਾਰ ਥੋੜੀ ਜੀ ਤਕਲੀਫ ਤੇ ਬਰਦਾਸ਼ਤ ਕਰਨੀ ਐ ਆ ਬਈ ਅਗਲੇ ਸਵਾਦ ਇਹੋ ਜੇ ਖੁਸਰੇ ਨੂੰ ਅਗਲੇ ਦਿਨ ਫੇਰ ਕੋਈ ਬੰਦਾ ਨਾ ਲੱਭੇ ਆਪਣੇ ਬੂਏ ਅੱਗੇ ਆਪ ਹੀ ਚਿਕੜ ਕਰ ਦਿੰਦੇ ਨੇ ਕੋਈ ਤੇ ਫਿਸਲ ਕੇ ਅੰਦਰ ਆਏਗਾ ਇਹੋ ਜੇ ਖੁਸਰੇ ਨੇ ਆਪਣੇ ਕਮਰੇ ਦੇ ਬਾਹਰ ਆਪ ਹੀ ਲਿਖ ਕੇ ਲਾਇਆ ਹੁੰਦਾ ਸੌਦਾ ਫੇਰਾ ਤੇਲ ਵੀ ਮੇਰਾ ਟਪਾ 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 ਇਹਦੀ ਮੈਂ ਜਰਾ ਹੋਰ ਵੀ ਵਜਾਣੀ ਹੈ ਪਹਿਲੇ ਜਰਾ ਮੈਂ ਬੰਦੇ ਮਾਰ ਲਾ ਉਸ ਤੋਂ ਬਾਅਦ ਨਿਬੜਨਾ ਇਹਦੇ ਨਾਲ ਬੰਦੇ ਇੱਕ ਦਾ ਸਾਊਂਡ ਆ ਗਿਆ ਮੈਨੂੰ ਨਸਲਾ ਤਬਾਹ ਕਰਨ ਵਾਲਾ ਨੇੜ ਮੈਂ ਖਿੱਚ ਲੈ ਤੇ ਮਾਰਨਾ ਇਹਦੇ ਮੁਕੱਦਰਾ ਚ ਨੇੜ ਹੋ ਗਿਆ ਮੈਸ ਮੈਨੂੰ ਲੱਗਦਾ ਨੇ ਅੰਦਰ ਪੁਸ਼ਪਾ ਕਰਕੇ ਹੀ ਇਹਨਾਂ ਦੀ ਵਜਾਣੀ ਪੈਣੀ ਹੈ ਓਏ ਆ ਪਿਛਲੇ ਨੇਰੇਲੇ ਕਮਰੇ ਚੋਂ ਦਾ ਮੂੰਹ ਦਵਾਰਾਂ ਨੂੰ ਕਰਾ ਕੇ ਕਿਹੜੇ ਗੰਦੇ ਕੰਮ ਕਰ ਰਿਆ ਸਹ ਓਏ ਇੱਕ ਹੋਰ ਬੱਗੀ ਵਾਲੇ ਦਾ ਸਾਊਂਡ ਆਇਆ ਇਹਦੇ ਵੀ ਕੰਨ ਫੜਾ ਕੇ ਉੱਤਰ ਫੇਰ ਰਹ ਓਏ ਜਿਹੜੇ ਚਮਨ ਗਵਾਚੀ ਗਾ ਪਿੱਛੇ ਵੇਖ ਮੈਂ ਇੱਧਰ ਆ ਵਾ 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 ਭਾਈ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਓਏ ਐ ਵੀ ਕੰਟੈਂਟ ਕ੍ਰੀਏਟਰ ਲੱਗਦੇ ਨੇ ਇਹਨੂੰ ਤੇ ਮੈਂ ਸਿੱਧਾ ਹੀ ਫਿਨਿਸ਼ ਕਰਨਾ ਹੈ ਨਾ ਤੂੰ ਵੀ ਮੇਰਾ ਬੱਚਾ ਲੋਬੀ ਜਾ ਅਗਲੀ ਲਾ ਤੇ ਫੇਰ ਕੰਟੈਂਟ ਬਣਾ ਇੱਥੋਂ ਬੰਦੇ ਖਤਮ ਕਰਨ ਤੋਂ ਬਾਅਦ ਅਸੀਂ ਉੱਡਦੇ ਹੀ ਜ਼ੋਨ 'ਚ ਆ ਗਏ ਆ ਤੇ ਹੁਣ ਆਪਾਂ ਵਾਪਸ ਆਈਏ ਆਪਣੇ ਪੈਂਪਰ ਓਪੀ ਓਹੋ ਸ਼ਾਪਰ ਓਪੀ ਨਹੀਂ ਨਹੀਂ ਐਰਰ ਓਪੀ ਤੇ ਟਿਕਟੌਕ YouTube ਦਾ ਕੋਈ ਐਸਾ ਬੰਦਾ ਨਹੀਂ ਆ ਜਿਹਦੇ ਖਰੋਟ ਇਹਨੇ ਮੂੰਹ 'ਚ ਪਾ ਕੇ ਚੂਸੇ ਨਾ ਹੋਣ ਹੁਣ ਉਹਨਾਂ ਹੀ ਖਰੋਟਾ ਤੇ ਦ ਤੇ ਹੁਣ ਉਹਨਾਂ ਹੀ ਮਾਸੂਮ ਬੰਦਿਆਂ ਦੇ ਨਾਲ ਕੰਟਰੋਵਰਸੀ ਬਣਾ ਕੇ ਉਹਨਾਂ ਨੂੰ ਐਕਸਪੋਜ਼ ਕਰਦਾ ਫਿਰਦਾ ਐਕਸਪੋਜ਼ ਵੀਡੀਓ ਬਣਾਣੀ ਹੈ ਤੇ ਚੀਫ 102 ਤੇ ਬਣਾ ਤੈਨੂੰ ਪਤਾ ਵੀ ਲੱਗੇ ਤੇਰੇ ਟੱਕਰ ਦਾ ਬੰਦਾ ਹੈ ਅੱਗੇ ਜਾਂ ਫਿਰ ਮੇਰੀ ਵੀਡੀਓ ਦੇ ਰਿਪਲਾਈ ਚ ਵੀਡੀਓ ਬਣਾ ਤੇਨੂੰ ਮਜ਼ਾ ਆਏ ਬਾਕੀ ਇੱਕ ਗੱਲ ਯਾਦ ਰੱਖੀ ਮਜ਼ਾ ਲੈਂਦੇ ਲੈਂਦੇ ਕੁੱਤੀ ਟਰੱਕ ਥੱਲੇ ਆ ਗਈ ਸੀ ਕੁੱਤੀ ਨੂੰ ਛੱਡੋ ਨੀਡ ਚੈੱਕ ਕਰੋ ਵੇਖਿਓ ਕੈਸਾ ਅਗਲੇ ਦੀ ਖੁੱਤੀ ਚ ਵੱਜਦਾ ਠੱਪੇ ਵਾਲਾ ਡੇਢ ਮੈਨ ਨਾ ਮੈਨੂੰ ਚਸ ਆ ਗਈ ਮਜ਼ੇ ਆ ਗਏ ਆਏ ਹਾਏ ਹਾਏ ਤੁਸੀਂ ਸਮਝ ਰਹੇ ਮਿਸ ਹੋ ਗਿਆ ਨਹੀਂ ਇਹ ਹੁਣ ਪਾਟਾ ਬੰਦਾ ਮਜ਼ਾ ਆਇਆ ਬੰਦੇ ਰਹਿ ਕੇ 597 ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਆਪਣੇ 4 ਨੰਬਰ 팀 ਮੇਟ ਨੂੰ ਭੇਜਣ ਲੱਗੇ ਆ ਛੱਤ ਦੇ ਉੱਤੇ ਇੱਕ ਟਰਾਈ ਤੇ ਹੋ ਗਈ ਮੈਂ ਸੋ ਦੂਜੀ ਟਰਾਈ ਤੇ ਵਿੱਚ ਆਪਣਾ 4 ਨੰਬਰ ਸਮਾਨਾਂ ਦੀ ਉਚਾਈਆਂ ਤੇ ਔਰ ਇਹ ਮੈਂ ਆਸਮਾਨ ਦੀਆਂ ਉਚਾਈਆਂੋਂ ਮੈਂ ਲੇਕਿਨ ਇਹਨਾਂ ਕਸ਼ਟ ਵਕਤ ਕਰਨ ਤੋਂ ਬਾਅਦ ਵੀ ਕੋਈ ਬੰਦਾ ਨੌਕਰੀ ਅਸੀਂ ਕਰ ਸਕੇ ਤੇ ਇੱਕ ਗੱਲ ਮੇਰੀ ਹੋਰ ਆਪਣੇ ਜਿਸਮ ਦੇ ਸਾਰੇ ਸੁਰਾਖ ਖੋਲ ਕੇ ਸੁਣ ਲੋ ਵੀਡੀਓ ਬਣਾਈ ਹੈ ਮੈਂ ਫਨ ਆਸਤੇ ਇਸ ਲਈ ਇਹਨੂੰ ਆਪਣੇ ਦਿਲ ਦਿਮਾਗ ਗੁਰਦੇ ਫਿਪੜਿਆਂ ਤੇ ਨਹੀਂ ਲੈਣਾ ਕੋਈ ਮੇਰੀ ਬਾਤ ਆਪਕੋ ਬੁਰੀ ਲਗੀ ਹੋਰ ਆਪਕੀ ਤਸ਼ਰੀਹ ਮੇ ਚੁੰਮਣ ਚੁੰਮਣ ਕੀੜੇ ਤੰਗ ਕਰਨੇ ਲਗੇ ਰਿਪਲਾਈ ਮੈਂ ਵੀਡੀਓ ਬਣਾਣਾ ਕੰਟਰੋਵਰਸੀ ਨਾ ਬਣਾਣਾ ਤਾਂ ਕਿ ਆਵਾਮ ਕੋ ਮਜ਼ੇਦਾਰ ਕੰਟੈਂਟ ਵੀ ਮਿਲੇ ਬਾਕੀ ਜਾਂਦੇ ਜਾਂਦੇ ਸ਼ੇਅਰ ਲਿਖਿਆ ਮੈਂ ਤੁਹਾਡੇ ਹਾਸਤੇ ਸੁਣੋ ਜਰਾ ਕੇ ਸਮਝਾ ਕਰੋ ਬਾਤ ਕੋ ਮਤ ਨਿਕਲਾ ਕਰੋ ਰਾਤ ਕੋ ਫਿਰ ਕਹੋਗੇ ਅੰਧੇਰਾ ਹੈ ਕਿਸੇ ਨੇ ਹੱਥ ਫੇਰਾ ਹੈ ਹੋਣਾ ਜੀ ਇਹ ਗੇਮਪਲੇ ਤੇ ਬੰਦੇ ਰਹਿ ਗਏ ਚਾਰ স্মੋਕ ਵਾਲ ਬਣਾ ਕੇ ਸੀ ਆ ਗਏ ਜ਼ੋਨ ਦੇ ਵਿੱਚ ਤੇ ਇੱਕ ਬੰਦੇ ਦੇ ਬੱਗੀ ਦਾ ਮੈਨੂੰ ਸਾਊਂਡ ਆਇਆ ਲੈ ਕੇ ਤੇ ਜਨਾਬ ਓਪਨ ਚ ਆ ਕੇ ਬਹਿ ਗਿਆ ਵਾਓ ਤੇਰੇ ਵੱਡੇ ਸੈਣੇ ਤੇ ਮੈਂ ਸਦਕੇ ਜਾਵਾਂ ਸਪਰੇਅ ਤੇ ਮੈਂ ਕਰ ਗਿਆ ਮਿਸ ਲੇਕਿਨ ਦੂਜੀ ਵਾਰੀ ਮੈਂ ਫਾੜ ਹੀ ਲਿਆ ਉਹਨੂੰ ਸਕੂਨ ਹੁਣ ਇੱਕ ਨੌਕ ਕਰ ਲਿਆ ਇਟਸ ਟਾਈਮ ਟੂ ਪੁਸ਼ ਬੇਬੀ ਆਖਰੀ ਬੰਦਾ ਅੰਦਰ ਹੈ ਇਹਨੂੰ ਆਪਾ ਪੁਸ਼ਪਾ ਮਾਰ ਕੇ ਤੇ ਮੰਜੀ ਸਟਾਈਲ ਲਾ ਕੇ ਤੇ ਪੇ ਲੈਣਾ ਇਸੇ ਦੇ ਨਾਲ ਵੀਡੀਓ ਹੋ ਗਈ ਹੈ ਖਤਮ ਰੱਬ ਰਖਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ